मेरा नाम अमित पाल सिंह है। मैं बाई एलेशन सरकारी सीनियर सेकेंडरी स्कूल ठठी भाई मुगा विच पढ़दा हाँ। मैं दसवीं जमात का विद्यार्थी हाँ। मैं अज पंजाबी हफ्ता मनाउण दे संबंध विच बोलन जा रहा हाँ। देशों विदेशों विच वसदे पंजाबियों दे नां सुनेहा पंजाबीओ मां बोली पंजाबी नूं किते भुल ना जाए। ऐ पंजाबीओ पंजाबी बोली साडी पंजाबियों दी मां बोली है। इंसान जन्म तो बाद अपनी मां तो जिहड़ी बोली विच लोरियां सौंदा जिस बोली विच सोचदे ते अपनी तोतली जबान नाल बोलना सीखदे हन अते मां ते घर दे होर जीआं तों झड़का खांदे ओह मां बोली अखवाउंदी है। जिवें मां दा दर्जा किसी होर औरत नूं नहीं दिता जा सकदा उसी तरह संसार दी किसी भी बोली नूं अपनी मां दा स्थान नहीं दे सकदे। होर इस्त्री दादी नानी चाची ताई भूआ मासी आंटी आदि तां हो सकदी है पर मां तां मां ही हुंदी है। ਉਹ ਹੋਰ ਕਈ ਔਰਤ ਆਪਣੀ ਮਾਂ ਨਾਲੋਂ ਸੋਹਣੀ ਹੋਵੇ ਅਮੀਰ ਹੋਵੇ ਪੜ੍ਹੀ ਲਿਖੀ ਹੋਵੇ ਪਰ ਕਦੇ ਮਾਂ ਨਹੀਂ ਬਣ ਸਕਦੀ। ਮਾਂ ਮਾਂ ਹੀ ਹੁੰਦੀ ਹੈ। ਕੋਈ ਆਪਣੀ ਮਾਂ ਨੂੰ ਘਰੋਂ ਕੱਢ ਕੇ ਉਸ ਇਸਤਰੀ ਨੂੰ ਮਾਂ ਦੀ ਥਾਂ ਨਹੀਂ ਬਿਠਾ ਲੈਂਦਾ ਕਿਉਂਕਿ ਮਾਂ ਦੀ ਮਮਤਾ ਅਤੇ ਪਿਆਰ ਦਾ ਨਾਇਕ ਕਿਸੇ ਹੋਰ ਕੋਲੋਂ ਨਹੀਂ ਮਿਲਦਾ। ਆਪਣੀ ਮਾਂ ਆਪਣੀ ਹੀ ਹੁੰਦੀ ਹੈ। ਇਹ ਪੰਜਾਬੀ ਗੀਤਕਾਰ ਲਿਖਦਾ ਹੈ ਮਾਂ ਹੁੰਦੀ ਹੈ ਮਾਂ ਓਏ ਦੁਨੀਆ ਵਾਲਿਓ। ਆਓ ਪੰਜਾਬੀਓ ਆਪਣੀ ਮਾਂ 'ਤੇ ਮਾਣ ਕਰਨਾ ਸਿੱਖੀਏ। ਡਾਕਟਰ ਟੀ ਸ਼ਰਮਾ ਅਨੁਸਾਰ ਮਾਤ ਭਾਸ਼ਾ ਰਾਹੀਂ ਬੱਚੇ ਆਪਣੇ ਵਿਚਾਰਾਂ ਆਪਣੀਆਂ ਲੋੜਾਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਸਿਰਜਣਾਤਮਿਕਤਾ ਮੌਲਿਕਤਾ ਦੀ ਗਵਾਹੀ ਦਿੰਦੇ ਹਨ। ਹੋਰਨਾਂ ਦੀ ਸੁਣਦੇ ਹਨ ਅਤੇ ਆਪਣੀਆਂ ਸੁਣਾਉਂਦੇ ਹਨ ਅਤੇ ਆਪਣਾ ਮਾਨਸਿਕ ਸਮਾਜਿਕ ਅਤੇ ਭਾਵਾਤਮਕ ਵਿਕਾਸ ਕਰਦੇ ਹਨ। ਮਾਤ ਭਾਸ਼ਾ ਦਿਵਸ ਦੇ ਮੌਕੇ 'ਤੇ ਡਾਕਟਰ ਤਿਰਲੋਕ ਸਿੰਘ ਆਨੰਦ ਨੇ ਜੀਵਨ ਵਿੱਚ ਮਾਤ ਭਾਸ਼ਾ ਦਾ ਮਹੱਤਵ ਵਿਸ਼ੇ 'ਤੇ ਬੋਲਦਿਆਂ ਕਿਹਾ ਅਸਲ ਵਿੱਚ ਮਾਤ ਭਾਸ਼ਾ ਮਨੁੱਖ ਦੀ ਪਛਾਣ ਹੈ ਅਤੇ ਉਸ ਦੀ ਹੋਂਦ ਅਤੇ ਉਹਦੇ ਜਿਉਂਦੇ ਰਹਿਣ ਦੀ ਗਵਾਹੀ ਹੈ। ਜਿਸ ਭਾਸ਼ਾ ਰਾਹੀਂ ਸਾਡੀ ਸੋਚਣੀ ਗਤੀਸ਼ੀਲ ਹੁੰਦੀ ਹੈ ਅਤੇ ਜਿਸ ਭਾਸ਼ਾ ਵਿੱਚ ਅਸੀਂ ਸੁਪਨੇ ਲੈਂਦੇ ਹਾਂ ਉਹ ਹੀ ਮੂਲ ਰੂਪ ਵਿੱਚ ਸਾਡੀ ਮਾਤ ਭਾਸ਼ਾ ਹੈ ਅਤੇ ਇਹੋ ਮਾਤ ਭਾਸ਼ਾ ਨੌਕਰੀ